ਸਤਿ ਸ਼੍ਰੀ ਅਕਾਲ ਜੀ, ਬੜਾ ਸਵਾਗਤ ਹੈ ਤੁਹਾਡਾ ਚੈਨਲ ਬਰਾੜ ਬਲੋਗਸ ਦੇ ਵਿੱਚ। ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਜੱਸਾ ਬਰਾੜ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ, ਆਪਣੇ ਆਸਕ ਜੱਸਾ ਬਰਾੜ ਵਾਲੇ ਐਪੀਸੋਡ ਚੱਲ ਰਹੇ ਨੇ, ਹੈ ਨਾ। ਆਸਕ ਜੱਸਾ ਬਰਾੜ ਦਾ ਕੀ ਮਤਲਬ ਹੁੰਦਾ ਹੈਗਾ, ਵੀ ਤੁਸੀਂ ਜਿੰਨੇ ਵੀ ਸਵਾਲ ਕਰਦੇ ਹੋ ਕਮੈਂਟਾਂ 'ਚ, ਤਾਂ ਕਈ ਵਾਰੀ ਪਤਾ ਕੀ ਹੁੰਦਾ ਵੀ ਜਿਹੜੇ ਵੀਰਾਂ ਨੂੰ ਨਹੀਂ ਹੈ ਨਾ ਹੁੰਦਾ, ਮੈਂ ਐਵੇਂ ਹਵਾ ਕਰੀ ਜਾਵਾਂ ਇੰਗਲਿਸ਼ 'ਚ ਤੁਹਾਨੂੰ ਸਮਝਣਾ ਆਵੇ, ਉਹਦਾ ਵੀ ਤੰਤ ਨਹੀਂ ਕੋਈ। ਬਾਕੀ ਤਾਂ ਜਿਹੜੇ ਵੀਰ ਸਾਰੇ ਹੈਗੇ ਪੜ੍ਹੇ ਲਿਖੇ ਆ, ਹੈ ਨਾ ਆਲਮੋਸਟ, ਅਤੇ ਜਿਹੜੇ ਵੀਰ ਨਹੀਂ ਮੇਰੇ ਪੜ੍ਹੇ ਹੋਏ, ਆਪਾਂ ਉਹਨਾਂ ਦੀ ਸਾਰਿਆਂ ਦੀ ਰਿਸਪੈਕਟ ਕਰਦੇ। ਇਸ ਲਈ ਮੈਂ ਦੱਸ ਰਿਹਾ ਵੀ ਇਹਦਾ ਮਤਲਬ ਹੈ ਵੀ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਕਮੈਂਟਾਂ ਦੇ ਵਿੱਚ ਵੀ ਆਹ ਚੀਜ਼ ਕਿਵੇਂ, ਆਹ ਚੀਜ਼ ਕਿਵੇਂ ਹੈ, ਤਾਂ ਫਿਰ ਮੈਂ ਉਹਨਾਂ ਬਾਰੇ ਜੇ ਮੈਨੂੰ ਜਿੰਨੀ ਕੁ ਜਾਣਕਾਰੀ ਹੁੰਦੀ ਹੈ, ਬਾਕੀ ਮੈਂ ਲਰਨ ਕਰਨਾ, ਫਿਰ ਮੈਂ ਤੁਹਾਡੇ ਅੱਗੇ ਲੈ ਕੇ ਆਉਣਾ। ਦੋਸਤੋ, ਜਿੱਦੇ ਆਪਾਂ ਪਹਿਲਾ ਐਪੀਸੋਡ ਇਹਦਾ ਰਿਲੀਜ਼ ਕੀਤਾ ਸੀਗਾ ਰੇਵਲ ਚਾਲ 'ਤੇ, ਉਹਦਾ ਲਿੰਕ ਡਿਸਕ੍ਰਿਪਸ਼ਨ 'ਚ, ਜੇ ਕਿਸੇ ਨਹੀਂ ਦੇਖਿਆ ਤਾਂ ਉੱਥੋਂ ਚੱਕ ਕੇ ਲਿੰਕ ਦੇਖ ਸਕਦਾ। ਉਹ 'ਚ ਦੱਸਿਆ ਸੀ ਵੀ ਰੇਵਲ ਚਾਲ ਕੀ ਹੁੰਦੀ ਹੈ, ਹੈ ਨਾ, ਸਭ ਕੁਛ ਦੱਸਿਆ ਸੀ। ਅੱਜ ਦੋਸਤੋ ਸੈਕਿੰਡ ਐਪੀਸੋਡ ਹੈ, ਬਹੁਤ ਬਹੁਤ ਫਿਰ ਤੋਂ ਸਵਾਗਤ ਕਰਦਾ ਸੈਕਿੰਡ ਐਪੀਸੋਡ ਦੇ ਵਿੱਚ। ਤਾਂ ਸੈਕਿੰਡ ਐਪੀਸੋਡ ਹੈ ਆਪਣਾ ਛਪੱਟਾ ਰੇਸਾਂ 'ਤੇ, ਠੀਕ ਹੈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਰੇਵਲ ਚਾਲ ਹੈ ਜਿਹੜੀ ਸਿੰਗਲ ਫੁੱਟਰ ਹਾਰਸ ਰੇਸ ਹੁੰਦੀ ਹੈ, ਹੈ ਨਾ, ਜਿਹ 'ਚ ਘੋੜਾ ਇਕੱਲਾ ਇਕੱਲਾ ਪੈਰ ਧਰਦਾ, ਅਤੇ ਇਹ ਬੜੀ ਸ਼ਾਹੀ ਜੀ ਚਾਲ ਹੁੰਦੀ ਆ। ਅਤੇ ਹੁਣ ਤੁਸੀਂ ਕਹੋਗੇ ਵੀ ਹੱਸੀ ਜਾਂਦਾ, ਹੈ ਨਾ, ਵੀ ਮੈਂ ਪਰਸਨਲੀ ਛਪੱਟਾ ਦੌੜਦੇ ਫੀਲਡ ਦੇ ਵਿੱਚ ਹਾਂ ਕਿਤੇ ਨਾ ਕਿਤੇ, ਤਾਂ ਕਰਕੇ ਮੈਨੂੰ ਥੋੜ੍ਹੀ ਜਿਹੀ ਖੁਸ਼ੀ ਹੋ ਰਹੀ ਹੈ। ਮੈਨੂੰ ਮਤਲਬ ਕਿ ਅੰਦਰੋਂ ਹੀ ਮੈਨੂੰ ਐਂ ਮਜ਼ਾ ਆ ਰਿਹਾ ਵੀ ਹਾਂ, ਹੈ ਨਾ, ਇਹਦੇ ਬਾਰੇ ਦੱਸਣਾ ਅੱਜ। ਤਾਂ ਦੋਸਤੋ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਚੈਨਲ 'ਤੇ ਨਵੇਂ ਹੋ, ਅਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ, ਇੱਦਾਂ ਹੀ ਆਪਣੇ ਭਰਾ ਨੂੰ ਛੋਟੇ ਵੀਰ ਨੂੰ ਪਿਆਰ ਦਿੰਦੇ ਰਿਹਾ ਕਰੋ। ਦੋਸਤੋ ਹੁਣ ਜ਼ਿਆਦਾ ਸਮਾਂ ਨਾ ਇੱਧਰ ਉੱਧਰ ਦੀ ਗੱਲਾਂ 'ਚ ਖਰਾਬ ਕਰਦੇ ਹੋਏ ਆਪਾਂ ਮੁੱਦੇ 'ਤੇ ਆਉਂਦੇ ਹਾਂ। ਛਪੱਟਾ ਰੇਸ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਜੀ ਫਲੈਟ ਰੇਸ। ਫਲੈਟ ਰੇਸ ਦਾ ਮਤਲਬ ਹੁੰਦਾ ਛਪੱਟੇ ਦਾ ਮਤਲਬ ਤੁਹਾਨੂੰ ਕਲੀਅਰ ਹੀ ਹੋ ਗਿਆ ਉਸ ਸ਼ਬਦ ਤੋਂ, ਵੀ ਤੂਫਾਨੀ ਦੌੜ ਹੁੰਦੀ ਹੈ ਇਹ। ਵੀ ਜਿੱਥੇ ਵੀ ਕਿਤੇ ਰੇਸਾਂ ਹੁੰਦੀਆਂ ਸੀ, ਦੇਖਦੇ ਹਾਂ ਵੀ ਜਦੋਂ ਛਪੱਟੇ ਦਾ ਮਤਲਬ ਕਿ ਈਵੈਂਟ ਐਂਡ 'ਤੇ ਕਰਾਉਂਦੇ, ਜਮਾਂ ਪਤਾ ਹੁੰਦਾ ਉਹਨਾਂ ਨੂੰ ਵੀ ਜਿਹੜੀ ਤੂਫਾਨੀ ਰੇਸ ਹੈ ਨਾ, ਛਪੱਟਾ ਜਾਂਦੇ ਆ ਘੋੜੇ ਛੂਕਦੇ, ਵੀਰੋ ਉਹ ਦੇਖਣ ਵਾਸਤੇ ਦਰਸ਼ਕ ਐਂਡ ਤੱਕ ਖੜ੍ਹੇ ਰਹਿੰਦੇ ਆ, ਅਤੇ ਵੀ ਯਾਰ ਤੂਫਾਨੀ ਦੌੜ ਦੇਖਾਂਗੇ, ਬੜਾ ਨਜ਼ਾਰਾ ਆਉਂਦਾ ਦੇਖਣ ਦਾ। ਤਾਂ ਇਹਦੇ 'ਚ ਮੇਨ ਕੀ ਹੁੰਦਾ ਹੈਗਾ, ਘੋੜੇ ਚੁੰਗੀਆਂ ਭਰਦੇ ਜਾਂਦੇ ਹੁੰਦੇ ਹਿਰਨਾਂ ਵਾਂਗੂ, ਜਿਵੇਂ ਆਪਾਂ ਕਹਿੰਦੇ ਵੀ ਹਿਰਨ ਚੁੰਗੀਆਂ ਭਰਦਾ ਹੁੰਦਾ, ਬਸ ਕਿਤੇ ਪੈਰ ਲੱਗਦਾ ਕਿਤੇ ਨਹੀਂ ਲੱਗਦਾ, ਇਸ ਤਰ੍ਹਾਂ ਫਿਰ ਘੋੜੇ ਭੱਜਦੇ ਆ, ਬੜਾ ਸਵਾਦ ਆਉਂਦਾ। ਅਤੇ ਛਪੱਟਾ ਦੌੜ ਦੇ ਵਿੱਚ ਮੇਨ ਕੀ ਹੁੰਦਾ ਵੀ ਇਹ ਕਾਠੀਆਵਾੜੀ ਹੋ ਗਈਆਂ ਬਰੀਡ, ਜਿਹੜੀ ਗੁਜਰਾਤ ਦੀ ਬਰੀਡ ਹੈ ਓਰੀਜਨਲੀ, ਉਹ ਘੋੜੇ ਬੜਾ ਭੱਜਦੇ ਆ, ਜੇ ਮੈਂ ਦੇਸੀ ਘੋੜਿਆਂ ਦੀ ਗੱਲ ਕਰਾਂ, ਅਤੇ ਮਾਰਵਾੜੀ ਘੋੜੇ ਬੜਾ ਭੱਜਦੇ ਆ, ਨੁਕਰਾ, ਆਲਮੋਸਟ ਹਰੇਕ ਬਰੀਡ ਦਾ ਘੋੜਾ ਛਪੱਟਾ ਭੱਜ ਸਕਦਾ, ਬਸ ਘੋੜੇ 'ਚ ਸਟੈਮਿਨਾ ਹੋਣਾ ਚਾਹੀਦਾ, ਘੋੜੇ ਦੀ ਤਿਆਰੀ ਹੋਣੀ ਚਾਹੀਦੀ ਹੈ, ਅਤੇ ਚੰਗੇ ਮਤਲਬ ਟ੍ਰੇਨਰ ਦੇ ਦੁਆਰਾ ਘੋੜਾ ਚਾਲ ਕੱਢਿਆ ਹੋਣਾ ਚਾਹੀਦਾ। ਅਤੇ ਮੇਨ ਕੀ ਚੀਜ਼ ਹੁੰਦੀ ਹੈ ਇਹਦੇ 'ਚ, ਘੋੜੇ ਦਾ ਕੱਦ ਛੋਟਾ ਹੋਣਾ ਚਾਹੀਦਾ, ਜ਼ਿਆਦਾ ਵੱਡੇ ਕੱਦ ਵਾਲਾ ਘੋੜਾ ਛਪੱਟਾ 'ਚ ਮੈਂ ਨਹੀਂ ਮੰਨਦਾ ਕਾਮਯਾਬ ਆ। ਵੀ ਹਾਂ ਥੋਰੋ ਬਰੀਡ ਜਿਹੜੇ ਘੋੜੇ ਰੇਸ ਕੋਰਸ 'ਚ ਭੱਜਦੇ, ਉਹਨਾਂ ਦੇ ਕੱਦ ਵੱਡੇ ਹੁੰਦੇ ਆ, ਉਹ ਬਰੀਡ ਹੀ ਭੱਜਣ ਵਾਸਤੇ ਹੋਇਆ। ਜੇ ਦੇਸੀ ਘੋੜਿਆਂ ਦੀ ਗੱਲ ਕਰੀਏ ਤਾਂ 60-61 ਇੰਚ, 61 ਇੰਚ ਤੋਂ ਉੱਤੇ ਤਾਂ ਘੋੜਾ ਹੋਵੇ ਨਾ ਜਿਹੜਾ ਮਤਲਬ ਕਿ ਭੱਜਦਾ, ਨਹੀਂ ਘੋੜਾ ਭੱਜ, ਮੈਂ ਤਾਂ ਪਰਸਨਲੀ ਦੇਖਿਆ ਨਹੀਂ ਅੱਜ ਤੱਕ ਵੀ 64-65 ਇੰਚ ਦਾ ਘੋੜਾ ਛਪੱਟਾ ਭੱਜਦਾ ਹੋਵੇ। ਅਤੇ ਨੁਕਰੇ ਘੋੜੇ ਵੀ ਬੜੇ ਵਧੀਆ ਭੱਜਦੇ ਇਹਦੇ ਵਿੱਚ। ਅਤੇ ਜਿਹੜਾ ਇਹਦੇ 'ਚ ਸਵਾਰ ਹੈ, ਸਵਾਰ ਦਾ ਮੇਨ ਮੁੱਦਾ ਹੁੰਦਾ, ਜਿੱਦਾਂ ਮੈਂ ਤੁਹਾਨੂੰ ਰੇਵਲ 'ਚ ਦੱਸਿਆ ਸੀ ਵੀ ਰੇਵਲ ਦਾ ਅਤੇ ਛਪੱਟਾ ਦਾ ਦੋਨਾਂ ਦਾ ਡਿਫਰੈਂਟ ਕਨਸੈਪਟ ਆ, ਗੇਮ ਹੀ ਉਲਟੀ ਹੈ ਸਾਰੀ, ਦਿਨ ਅਤੇ ਰਾਤ ਦਾ ਫਰਕ ਹੈ। ਰੇਵਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਸਵਾਰ ਹੈ ਉਹ ਭਾਰੀ ਹੋਣਾ ਚਾਹੀਦਾ, ਅਤੇ ਜਮਾਂ ਓਪੋਜ਼ਿਟ ਛਪੱਟਾ ਦੇ ਵਿੱਚ ਸਵਾਰ ਹਲਕਾ ਅਤੇ ਛੋਟੇ ਕੱਦ ਦਾ ਹੋਣਾ ਚਾਹੀਦਾ, ਤਾਂ ਕਿ ਜਦੋਂ ਘੋੜਾ ਭੱਜੇ ਉਹਨੂੰ ਘੋੜੇ ਨੂੰ ਹੈਂਡਲ ਕਰਨਾ ਆਸਾਨੀ ਹੋਵੇ, ਕਿਉਂਕਿ ਜਦੋਂ ਘੋੜੇ 'ਤੇ ਭੱਜਣਾ ਬਹੁਤ ਮਤਲਬ ਕਿ ਸ਼ਾਤਰ ਚਾਹੀਦਾ ਬੰਦਾ, ਘੋੜੇ ਜਿੰਨਾ ਹੀ ਸ਼ਾਰਪ ਚਾਹੀਦਾ, ਕਿਉਂਕਿ ਜਦੋਂ ਬੰਦਾ ਘੋੜੇ 'ਤੇ ਛਪੱਟੇ ਵਾਲੇ 'ਤੇ ਭੱਜਦਾ ਹੁੰਦਾ ਤਾਂ ਉੱਥੇ ਘੋੜਾ ਅਤੇ ਸਵਾਰ ਨਹੀਂ ਹੁੰਦੇ ਟਰੈਕ 'ਤੇ, ਉਹਨਾਂ ਦੀ ਬੋਡੀਜ਼ ਜ਼ਰੂਰ ਦੋ ਹੁੰਦੀਆਂ, ਬਟ ਸਾਊਲਿਕ ਹੋਣੀ ਚਾਹੀਦੀ ਹੈ, ਦੋਨਾਂ ਦਾ ਮਕਸਦ ਇੱਕੋ ਹੋਣਾ ਚਾਹੀਦਾ ਵੀ ਹਾਂ ਯਾਰ ਅਸੀਂ ਜਿੱਤਣਾ, ਅਸੀਂ ਆਪਦਾ ਦੀ ਬੈਸਟ ਦੇਣਾ। ਅਤੇ ਦੋਸਤੋ ਨਸਲਾਂ ਹੀ ਮੈਂ ਤੁਹਾਨੂੰ ਦੱਸਤੀਆਂ, ਅਤੇ ਆਪਣੇ ਇਹਦੇ 'ਚ ਮਤਲਬ ਕਿ ਡਿਫਰੈਂਸ ਕੀ ਹੈ, ਹਰਿਆਣਾ ਹੋ ਗਿਆ ਆਪਣਾ ਕਿ ਰਾਜਸਥਾਨ 'ਚ ਕਿਸੇ ਨਾ ਕਿਸੇ ਕਈ ਏਰੀਆਜ਼ ਹੈਗੇ ਹੈ, ਅਤੇ ਪੰਜਾਬ 'ਚ ਦੇਸੀ ਕੰਨ ਜੁੜਦੇ ਘੋੜਿਆਂ ਦੀਆਂ ਰੇਸਿਸ ਹੁੰਦੀਆਂ ਨੇ, ਇਹ ਰੇਸਾਂ ਹੁੰਦੀਆਂ ਨੇ ਟਰੈਕ 'ਤੇ, ਮਤਲਬ ਕਿ ਟਾਈਮ ਲਾਇਆ ਜਾਂਦਾ ਹੈਗਾ, ਇੱਕ ਟਾਈਮ ਲਾਉਣ ਵਾਲਾ ਬੰਦਾ ਹੁੰਦਾ, ਉਹ ਟਾਈਮ ਲਾਉਂਦਾ 2 ਘੜੀਆਂ 'ਤੇ। ਅਤੇ ਉੱਥੇ ਕੀ ਸਿਸਟਮ ਹੁੰਦਾ ਹੈਗਾ ਵੀ ਇੱਕ ਘੋੜੇ ਨੂੰ ਡੱਬੇ 'ਚ ਖੜਾ ਕੇ ਛੱਡਦੇ ਆ ਅਤੇ ਟਾਈਮ ਲਾਉਂਦੇ, ਜਿਹੜਾ ਘੱਟ ਤੋਂ ਘੱਟ ਘੋੜਾ ਟਾਈਮ ਲਾਉਂਦਾ ਉਹਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈਗਾ। ਤਾਂ ਦੋਸਤੋ ਇਹ ਤਾਂ ਮਤਲਬ ਕਿ ਪੰਜਾਬ ਦਾ ਜਿੰਨਾ ਸਿਸਟਮ ਹੈ, ਹੈ ਨਾ, ਘੋੜਿਆਂ ਦਾ ਉਹ ਹੈ। ਅਤੇ ਜਿੱਦਾਂ ਕਿ ਹੁਣ ਵੱਡੇ ਸ਼ਹਿਰ ਹੋ ਗਏ, ਮੈਗਾ ਸਿਟੀਜ਼ ਹੋ ਗਈਆਂ, ਪੂਨਾ ਰੇਸ ਕੋਰਸ ਮੁੰਬਈ ਮਹਾਰਾਸ਼ਟਰ ਦੇ ਨੇੜੇ ਪੂਨਾ, ਹੈ ਨਾ, ਉੱਥੇ ਰੇਸ ਕੋਰਸ ਆ, ਮੈਨੂੰ ਲੱਗਦਾ ਵੀ ਹੋਰ ਵੀ ਕਈ ਥਾਵਾਂ 'ਤੇ, ਹੁਣ ਮੇਰੇ ਪ੍ਰੋਪਰ ਨਾਮ ਯਾਦ। ਅਤੇ ਦੁਬਈ ਸਾਈਡ ਦੇ ਵਿੱਚ ਬੜੇ ਵਧੀਆ ਰੇਸ ਕੋਰਸ ਬਣੇ ਹੋਏ ਨੇ, ਹੋਰ ਬਾਹਰਲੇ ਮੁਲਕਾਂ 'ਚ ਬੜੇ ਸੋਹਣੇ ਰੇਸ ਕੋਰਸ ਆ, ਉੱਥੇ ਥਾਇਰੋ ਘੋੜੇ, ਦੁਬਈ ਦੇ ਵਿੱਚ ਅਰਬੀ ਘੋੜੇ ਸ਼ੇਖ ਬੜੇ ਸ਼ੌਂਕ ਨਾਲ ਪਾਲਦੇ ਆ, ਉਹ ਭੱਜਦੇ ਨੇ। ਅਤੇ ਛਪੱਟਾ ਦੌੜਾਂ ਦੇ ਵਿੱਚ ਕੀ ਹੁੰਦਾ ਵੀ ਘੋੜੇ ਨੂੰ ਬਹੁਤ ਜ਼ਿਆਦਾ ਪ੍ਰੈਪਰੇਸ਼ਨ ਕਰਾਈ ਜਾਂਦੀ ਹੈ, ਕਿਉਂਕਿ ਜਦੋਂ ਘੋੜੇ ਨੇ ਭੱਜਣਾ, ਜਾਣ ਪੂਰੀ ਜਾਣ ਤੋੜ ਕੇ
ਤਾਂ ਛਪੱਟਾ ਦੌੜਾਂ ਜਿਹੜੀਆਂ, ਇਹ ਛਪੱਟੇ ਵਾਲੇ ਘੋੜੇ 'ਤੇ ਬੈਠਣਾ ਮੇਰੇ ਹਿਸਾਬ ਨਾਲ ਵੀ ਜਿਗਰੇ ਵਾਲੇ ਬੰਦੇ ਦਾ ਕੰਮ ਹੀ ਹੈ। ਜਿੰਨਾ ਮੈਂ ਵੇਖਿਆ ਬੜੇ ਨਾਮੀ ਸਵਾਰ ਨੇ, ਨਾਮੀ ਸਵਾਰਾਂ 'ਚ ਜੇ ਆਪਾਂ ਸਟਾਰਟਿੰਗ ਕਰੀਏ ਵੀ ਪੰਜਾਬ ਦੇ, ਕਿਉਂਕਿ ਆਊਟ ਆਫ ਇੰਡੀਆ ਜਾਂ ਆਊਟ ਆਫ ਸਟੇਟ ਮੈਂ ਨਹੀਂ ਜਾਣਦਾ ਛਪੱਟਾ ਦੇ ਵਿੱਚ, ਮੈਨੂੰ ਵੀ 6-7 ਕੁ ਮਹੀਨੇ ਹੋਏ ਇਸ ਫੀਲਡ ਦੇ ਵਿੱਚ ਆਏ ਨੂੰ, ਜਿੰਨੇ ਕੁ ਮੈਂ ਬੰਦਿਆਂ ਨੂੰ ਜਾਣਦਾ। ਵੀ ਇੱਕ ਆਪਾਂ ਪਿੱਛੇ ਇੰਟਰਵਿਊ ਕੀਤੀ ਸੀ ਗੁਰੀ ਉਸਤਾਦ ਗੁਰਮੇਲ ਸਿੰਘ ਕਲਾਲ ਜੀ, ਉਹਨਾਂ ਦਾ ਵੀ ਛਪੱਟਾ 'ਚ ਬੜਾ ਨਾਂ ਹੈ। ਅਤੇ ਜੇ ਆਪਾਂ ਚਾਪਕਾਂ ਦੀ ਗੱਲ ਕਰੀਏ, ਮਾਮਣ ਵੀਰਾ ਦਮਹੇੜੀ ਵਾਲਾ ਹੈ ਨਾ, ਉਹ ਵੀ ਵਧੀਆ, ਮੰਨ ਲਓ ਕਿ ਨਾਮੀ ਚਾਪਕਾ, ਇੱਕ ਸਵਰਗਵਾਸੀ ਸਾਡੇ ਸਤਿਕਾਰਯੋਗ ਸਵਰਗਵਾਸੀ ਪ੍ਰਗਟ ਸਿੰਘ ਰੈਲੋਂ ਜੀ, ਉਹ ਵੀ ਬਾਈ ਜੀ ਨਾਮੀ ਸਵਾਰ ਸੀਗੇ, ਅਤੇ ਉਹਨਾਂ ਦਾ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ, ਅਤੇ ਬੜਾ ਦੁੱਖ ਆ ਉਸ ਚੀਜ਼ ਦਾ। ਅਤੇ ਮਾਮਣ ਹੋ ਗਿਆ ਬਾਈ ਹੈ ਨਾ, ਭੀਸ਼ੀ ਹੋ ਗਿਆ ਬਾਬਾ ਭੀਸ਼ੀ, ਉਹ ਵੀ ਬੜੇ ਨਾਮ ਵਧੀਆ ਨਾਮੀ ਸਵਾਰ ਹੈਗਾ ਵੀਰਾ। ਅਤੇ ਮਾਨੂਪੁਰੀਆ ਬਾਬਾ, ਅਤੇ ਨੀਟਾ ਵੀਰਾ, ਅਤੇ ਤਾਰਾ ਵੀਰ, ਇਹ ਸਾਰੇ ਵਧੀਆ ਸਵਾਰ ਨੇਗੇ। ਕਾਲਾ ਬਾਈ ਸੋਮਲ, ਅਤੇ ਜਲੰਧਰ ਵਾਲਿਆਂ ਦਾ ਬਿੱਟੇ ਬਾਈ ਕਾ ਸ਼ੂਟਰ, ਉਹ ਵੀ ਸੋਹਣੇ ਸਵਾਰ ਨੇ। ਮਤਲਬ ਕਿ ਪੰਜਾਬ ਦੇ ਵਿੱਚ ਇਸ ਟਾਈਮ ਨਾਮੀ ਸਵਾਰ ਨੇਗੇ ਛਪੱਟਾ ਦੌੜਾਂ ਦੇ। ਅਤੇ ਦੋਸਤੋ, ਇਹਨਾਂ ਤੂਫਾਨੀ ਦੌੜਾਂ ਨੂੰ ਮੰਨ ਲਓ ਕਿ ਪਿਛਲੇ ਇੱਕ ਅਰਸੇ ਤੋਂ ਇੰਨਾ ਕੁ ਲੋਕ ਪਿਆਰ ਦਿੰਦੇ ਆ ਰਹੇ ਆ ਵੀ ਬੇਅੰਤ ਹੈ। ਅਤੇ ਦੋਸਤੋ, ਜਦੋਂ ਜੇ ਆਪਾਂ ਇਸ ਚੀਜ਼ ਦੀ ਸਟਾਰਟਿੰਗ ਦੇਖੀਏ ਛਪੱਟਾ ਦੀ, ਕਿੱਥੋਂ ਹੋਈ, ਜਦੋਂ ਪੁਰਾਣਾ ਟਾਈਮ ਸੀਗਾ ਅੱਜ ਤੋਂ 2-3 ਦਹਾਕੇ ਪਹਿਲਾਂ ਦਾ, ਉਦੋਂ ਕੀ ਚੀਜ਼ ਸੀਗੀ? ਗੁਰਮੇਲ ਉਸਤਾਦ ਜੀ ਨੇ ਇੰਟਰਵਿਊ 'ਚ ਵੀ ਦੱਸਿਆ ਸੀ, ਜੇ ਤੁਸੀਂ ਉਹਨਾਂ ਦੀ ਇੰਟਰਵਿਊ ਦੇਖਣ ਤਾਂ ਡਿਸਕ੍ਰਿਪਸ਼ਨ 'ਚ ਲਿੰਕ ਹੈ, ਤੁਸੀਂ ਉੱਥੋਂ ਚੱਕ ਕੇ ਦੇਖ ਸਕਦੇ ਹੋ। ਉਹਦੇ 'ਚ ਮਤਲਬ ਕਿ ਪ੍ਰੋਪਰ ਕਲੀਅਰ ਕੀਤਾ ਸੀ ਉਹਨਾਂ ਨੇ ਕਿ ਪਹਿਲਾਂ ਟਾਂਗਿਆਂ ਦੇ ਨਾਲ ਰੇਸਾਂ ਭਜਾਈਆਂ ਜਾਂਦੀਆਂ ਸੀ। ਜਿੱਥੇ ਵੀ ਕਿਤੇ ਸਰਕਾਰੀ ਰੇਸ ਹੁੰਦੀ ਸੀ ਤਾਂ ਪਹਿਲਾਂ ਫਰਮਾਨ ਆਉਂਦਾ ਸੀਗਾ ਸੈਂਟਰ ਗੌਰਮੈਂਟ ਵੱਲੋਂ, ਅਤੇ ਫਿਰ ਉੱਥੇ ਟਾਂਗਿਆਂ ਨੂੰ ਘੋੜੇ ਭਾਜਦੇ ਸੀ। ਹੌਲੀ 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 ਮਤਲਬ ਕਿ ਜਿੱਦਾਂ ਕਿ ਚੇਂਜਸ ਆਉਂਦੇ ਗਏ, ਫਿਰ ਪਿੱਠ ਸਵਾਰੀ ਦਾ ਰਿਵਾਜ਼ ਚੱਲ ਪਿਆ, ਅਤੇ ਫਿਰ ਇਹ ਰੇਸਾਂ ਹੋਂਦ 'ਚ ਆਈਆਂ। ਜੇ ਤੁਹਾਨੂੰ ਛਪੱਟਾ ਦੌੜਾਂ 'ਤੇ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿੱਦਾਂ ਦੀ ਲੱਗੀ। ਹੁਣ ਅਗਲੇ ਐਪੀਸੋਡ ਦਾ ਇੰਤਜ਼ਾਰ ਰੱਖਿਓ, ਐਪੀਸੋਡ 3 ਆਊਗਾ, ਬਹੁਤ ਵਧੀਆ ਬਣਾਵਾਂਗੇ, ਜਿੰਨਾ ਹੋ ਸਕਿਆ ਆਪਦਾ ਦੀ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ। ਅਤੇ ਦੋਸਤੋ, ਅਗਲਾ ਜਿਹੜਾ 3rd ਐਪੀਸੋਡ ਆਉਣਾ, ਉਹਦੇ ਵਿੱਚ ਆਪਾਂ ਨੇ ਦੱਸਣਾ ਹੈਗਾ ਵੀ ਅੱਗੇ ਹੁਣ ਗਰਮੀਆਂ ਆ ਰਹੀਆਂ, ਵੀ ਗਰਮੀਆਂ ਦੀ ਖੁਰਾਕ, ਗਰਮੀਆਂ ਦੀ ਸਾਂਭ ਸੰਭਾਲ ਘੋੜਾ ਨਹੀਂ ਕਿੱਦਾਂ ਦੀ ਹੋਣੀ ਚਾਹੀਦੀ ਹੈ। ਬਣੇ ਰਹੋ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਬਰਾੜ ਵਲੌਗਸ ਦੇ ਉੱਤੇ। ਮਿਲਦੇ ਹਾਂ ਐਪੀਸੋਡ 3rd ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।